ਇਕਾਲ ਜੀ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਤੇ ਤੁਸੀਂ ਗੁਵਾਰ ਦੀ ਲੱਗੀ ਹੋਈ ਫਸਲ ਦੇਖ ਸਕਦੇ ਹੋ ਮੈਂ ਰਜੂਤ ਰੰਜੀਤਪੁਰੇ ਪਿੰਡ ਦੇ ਵਿੱਚ ਇੱਥੇ ਆਇਆ ਹੋਇਆ ਹਾਂ ਮੁੰਡੇ ਪਿੰਡ ਦੇ ਸਾਡੇ ਫਾਰਮਰ ਹੈ ਹਰਮਾਨ ਜੀ ਜਿਹੜੇ ਇੱਥੇ ਖੇਤੀ ਕਰਦੇ ਆ ਤੁਸੀਂ ਗੁਵਾਰੇ ਦੀ ਫਸਲ ਲੱਗੀ ਹੋਈ ਦੇਖ ਸਕਦੇ ਹੋ ਕਰਦੇ ਆ ਗੱਲਬਾਤ ਹਰਮਾਨ ਜੀ ਨਾਲ ਵੀ ਕੀ ਕਹਿੰਦੇ ਆਪਾਂ ਕੀ ਕ੍ਰੋਪ ਪ੍ਰੈਕਟਿਸ ਕੀਤੀ ਸੀ ਤੇ 365 ਵੈਰਾਈਟੀ ਇਹਨਾਂ ਨੂੰ ਕਿਵੇਂ ਵਧੀਆ ਲੱਗੀ ਪੁੱਛਦੇ ਆ ਕਰਦੇ ਆ ਗੱਲਬਾਤ ਹਰਮਾਨ ਜੀ ਨਾਲ ਵੀ ਕੀ ਇਹਨਾਂ ਦਾ ਤਜਰਬਾ ਰਿਹਾ ਤੇ ਕੀ ਕੋਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਖੇਤੀ ਤੁਸੀਂ ਕਰਦੇ ਹੋ ਕਿੰਨੇ ਟਾਈਮ ਤੋਂ ਖੇਤੀ ਕਰ ਰਹੇ ਹੋ ਅਸੀਂ 15 ਸਾਲ ਹੋ ਗਏ ਜੀ ਸਾਨੂੰ ਖੇਤੀ ਕਰਦਿਆਂ ਨੂੰ ਅੱਛਾ ਜੀ ਤੇ ਗਵਾਰੇ ਦੀ ਕਿਹੜੀ ਵੈਰਾਈਟੀ ਲੱਗੀ ਹੋਈ ਹੈ ਇਹ ਇਹ 365 ਹੈ 365 ਹੈ ਗਵਾਰੇ ਦੀ ਹਾਂਜੀ ਤੇ ਮੈਂ ਬਹੁਤ ਵਾਰੀ X6 ਦਾ ਤਾਂ ਤੁਹਾਨੂੰ ਕਹਿ ਨਹੀਂ ਸਕਦਾ X6 ਇਹਨਾਂ ਦੇ ਲੱਗਿਆ ਹੋਇਆ ਤੇ 365 ਦਾ ਬਹੁਤ ਜ਼ਿਆਦਾ ਨਾਮ ਸੁਣਿਆ ਹੈ ਇਹ ਪੁਰਾਣੀ ਵੈਰਾਈਟੀ ਹੈ ਚੱਲਦੀ ਵਧੀਆ ਹੈ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਇਹ ਵੈਰਾਈਟੀ ਕਿੰਨਾ ਝਾੜ ਦੇ ਕੇ ਜਾਊਗੀ ਕਿੰਨਾ ਉਤਪਾਦਨ ਦੇ ਕੇ ਜਾਊਗੀ 6-7 ਕਾਉਂਟਲ ਵੀ ਕਿੱਲੇ ਦਾ ਹੋ ਜੀਗਾ ਇੱਥੇ 6-7 ਕਾਉਂਟਲ 5 ਕਨਾਲਾਂ ਦਾ ਇੱਥੇ ਵਿੱਗਾ ਹੈ ਕਿੱਲਾ ਜਿਹੜਾ ਹੁੰਦਾ ਬੋਲੇ ਜਾਂਦਾ ਇੱਥੇ ਵਿੱਗਾ ਬੋਲੇ ਜਾਂਦਾ ਤੇ ਇੰਨਾ ਝਾੜ ਇਹ ਦੱਸ ਰਹੇ ਆ ਤੇ ਮੈਨੂੰ ਵਾਸਤਵ ਮੇਦ ਵਿੱਚ ਲੱਗ ਵੀ ਰਿਹਾ ਫਲੀ ਆਪਾਂ ਕੋਈ ਦੇਖਦੇ ਆ ਇਹਦੇ ਵਿੱਚ ਆਪਾਂ ਕਿੰਨੇ ਦਾਣੇ ਐ ਕੜ ਤੋਂ ਘੱਟ 8 ਤੋਂ 9 ਦਾਣੇ ਮੈਂ ਇਹਦੇ ਵਿੱਚ ਰਿਕਾਰਡ ਕੀਤੇ ਆ ਦੇਖਿਓ ਵੀ ਇਹਦੇ ਵਿੱਚ ਇੰਨੇ ਦਾਣੇ ਹਗੇ ਆ ਤਾਂ ਤੁਸੀਂ ਹੋਰ ਇਹਦੇ ਵਿੱਚ ਕੀ ਕੀ ਕੀਤਾ ਜਿਹੜਾ ਤੁਹਾਨੂੰ ਵਧੀਆ ਲੱਗਿਆ ਵੀ ਆਪਾਂ ਅੱਗੇ ਦੱਸਣ ਜੋਗੇ ਹੋਈਏ ਵੀ ਚੀਜ਼ ਆ ਬਹੁਤ ਵਧੀਆ ਅਸੀਂ ਜੀ ਕੋਪਰ ਕੀਤਾ ਉਹ ਵਧੀਆ ਫੰਗੀਸਾਈਡ ਨਹੀਂ ਹੋਇਆ ਤੇ ਮੋਨੋਮਾਨੋਗਰੀ ਉਹ ਤੇ ਖਰਾਬ ਨਿਕਲੀ ਏ ਉਹਦਾ ਰਿਜ਼ਲਟ ਸਹੀ ਨਹੀਂ ਏ ਤੋਂ ਮੈਂ ਦੱਸ ਦਿਆਂ ਮੋਨੋ ਵਗੈਰਾ ਦਾ ਕੋਈ ਰਿਜ਼ਲਟ ਨਹੀਂ ਹੈ ਮੋਨੋ ਜਿਹੜੀ ਲਾਲ ਐਂਗਲ ਟਰਾਈਐਂਗਲ ਦੀ ਸਪਰੇ ਹੁੰਦੀ ਹੈ ਉਹਦਾ ਯੂਜ਼ ਨਹੀਂ ਕਰਨਾ ਚਾਹੀਦਾ ਤੁਹਾਨੂੰ ਵੀ ਦੱਸਣਾ ਚਾਹਣਾ ਹੈ ਵੀ ਲਾਲ ਟਰਾਈਐਂਗਲ ਦਾ ਸਪਰੇ ਨਾ ਕਰੋ ਇਹ ਆਪਣੀ ਧਰਤੀ ਮਾਤਾ ਹੈ ਇਸ ਨੂੰ ਬਚਾਓ ਤੇ ਆਪਣੇ ਜਿਹੜੇ ਮਾਨਵ ਹੈ ਉਸ ਨੂੰ ਵੀ ਉਹ ਕੈਂਸਰ ਕਾਰਕ ਹੈ ਮੋਨੋ ਸਰ ਨਾਲੋਂ ਜ਼ਿਆਦਾ ਤਾਂ ਇਹਨਾਂ ਜਿਹਾ ਤੁਸੀਂ ਧਿਆਨ ਰੱਖਣਾ ਹੈ ਅਗਲੀ ਵਾਰ ਤੁਸੀਂ ਮੋਨੋ ਨਹੀਂ ਵਰਦੋਗੇ ਮੇਰੇ ਕਹਿਣ ਤੇ ਹਾਂਜੀ ਮੋਨੋ ਨਹੀਂ ਕਰਦੇ ਮੋਨੋ ਤੋਂ ਇੱਕ ਤਰ੍ਹਾਂ ਹੈ ਉਹ ਦੂਸਰੀ ਸਪਰੇ ਉਹ ਕਰਦੇ ਆਂਗੇ ਤੇ ਉਹਨਾਂ ਨਾਲ ਤੇਲਾ ਨਹੀਂ ਹੁੰਦਾ ਆਉਣਾ ਨਾਲ ਤੇਲਾ ਨਹੀਂ ਦਾ ਨਿੰਮ ਆਇਲ ਦਾ ਵੀ ਤੁਸੀਂ ਯੂਜ਼ ਕਰ ਸਕਦੇ ਹੋ ਹਾਂਜੀ ਨਿੰਮੋਂ ਦੀ ਸਪਰੇਅ ਕੀਤੀ ਸੀਗੀ ਉਹ ਹੀ ਵਧੀਆ ਹੈ ਉਹਦੇ ਨਾਲ ਮੱਛਰ ਮੁਛ ਰੋਟ ਗਿਆ ਸਾਰਾ ਕਿਉਂਕਿ ਪੱਤਾ ਇਹਦਾ ਖਾਰਾ ਹੋ ਜਾਂਦਾ ਹੈ ਹਾਂ ਪੱਤਾ ਖਾਰਾ ਹੋ ਗਿਆ ਸੀ ਤੇ ਤੁਹਾਨੂੰ ਤੁਹਾਡੀ ਫਸਲ ਦੇਖ ਕੇ ਕਿੰਨੀ ਖੁਸ਼ੀ ਹੋ ਰਹੀ ਹੈ ਹਾਂ ਬੜੀ ਹੈ ਜੀ ਫਸਲ ਬੜੀ ਹੈ ਸਾਡੀ ਚੰਗੀ ਹੈ ਸਾਨੂੰ ਇੱਥੇ 3-4 ਮਹੀਨੇ ਹੋ ਗਏ ਰਹਿੰਦਿਆਂ ਨੂੰ ਮੁੰਡੇ ਪਿੰਡ ਦੇ ਆ ਤੇ ਖੇਤੀ ਚੰਗੀ ਹੈ ਸਾਡੀ ਚਲੋ ਵਧੀਆ ਜੀ ਤੇ ਹੋ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਹੋਰ ਵੀ ਫਾਰਮਰਾਂ ਨਾਲ ਤੁਹਾਡੇ ਇੰਟਰੋਡਿਊਸ ਕਰਾਉਂਦੇ ਰਵਾਂਗੇ ਤੁਸੀਂ ਗਵਾਰੇ ਦੀ ਇਹ ਫਸਲ ਦੇਖ ਰਹੇ ਹੋ ਤੁਹਾਨੂੰ ਮੈਂ ਦਿਖਾ ਦਿਆਂ ਇਹ ਵੇਖੋ ਜੀ ਫਲੀ ਕਿੰਨੀ ਹੈ ਫਲੀ ਦਿਖਾ ਰਹੇ ਹਣ ਮਾਰਾਮ ਜੀ ਤੁਸੀਂ ਦੇਖ ਰਹੇ ਹੋ ਫਲੀ ਇਹਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਲੱਗੀ ਹੋਈ ਹੈ ਹਾਂਜੀ ਤੇ ਗਵਾਰੇ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਸੱਤ ਵਿਗੇ ਦੇ ਵਿੱਚ ਲੱਗਿਆ ਹੋਇਆ ਹੈ ਹਰ ਕਿਸਾਨ ਭਰਾ ਦਾ ਗਵਾਰਾ ਇੱਕ ਤਿਵਾਰ ਖਰਾਬ ਹੋ ਗਿਆ ਪਰ ਥੋੜਾ ਜਿਆਦਾ ਧਿਆਨ ਦੇਣ ਦੀ ਗੱਲ ਹੁੰਦੀ ਹੈ ਕਰੋ ਪ੍ਰੈਕਟਿਸ ਸਹੀ ਕਰਨੀ ਹੁੰਦੀ ਹੈ ਸਿੰਚਾਈ ਵਗੈਰਾ ਨਹੀਂ ਕਰਨੀ ਹੁੰਦੀ ਇਹਦੇ ਵਿੱਚ ਨਿਰਾਇ ਗੁਡਾਈ ਸਹੀ ਤਰੀਕੇ ਨਾਲ ਕਰਨੀ ਹੁੰਦੀ ਹੈ ਤਾਂ ਕਰਕੇ ਇੱਕ ਵਾਰੀ ਦੋਤੇ ਲਾ ਤੇ ਤੇ ਦੋ ਤਿੰਨ ਗੋਡੀਆਂ ਕਰਤੀਆਂ ਠੀਕ ਹੈ ਰੱਖ ਕੁੱਖ ਨਹੀਂ ਹੈਗਾ ਠੀਕ ਹੈ ਠੀਕ ਹੈ ਚਲੋ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਅੱਗੇ ਵੀ ਤੁਹਾਡੇ ਕੋਲੇ ਆਉਂਦੇ ਰਾਵਾਂਗੇ ਤੁਸੀਂ ਝਾੜ ਸਾਨੂੰ ਦੱਸਿਓ ਕਿੰਨਾ ਆਉਂਦਾ ਹੈ ਇਹਦਾ